ब्रो सच्ची ले ले तू मानदा का धोनी गा यो यार रो पिया ओए ਤੁਹਾਡੇ ਕਰੀ ਫਿਰ ਸਵਾਗਤ ਆ ਵੀਮ ਪਿਆ ਦੇ ਘੈਂਟ ਜੀ ਵਲੌਗ ਦੇ ਵਿੱਚ ਅੱਜ ਦੇ ਵਲੌਗ ਵਿੱਚ ਆਪਾਂ ਬੁੱਟਰ ਦੇ ਰਿਐਕਸ਼ਨ ਦਾ ਜਿਹੜਾ ਤੁਹਾਨੂੰ ਪਤਾ ਹੀ ਆਪਾਂ ਕੈਪਚਰ ਕਰ ਲਈ ਹੋਊਗੀ ਬੁੱਟਰੀ ਲੈ ਕੇ ਆਇਆ ਸੀ ਨਾਲ ਤੇ ਅੱਜ ਆਪਾਂ ਬਾਈ ਘਰਦਿਆਂ ਦੇ ਤੇ ਆਮਾਂ ਦੇ ਰਿਐਕਸ਼ਨ ਦੇਖਣੇ ਆ ਜ਼ਰੂਰ ਦੇਖਿਓ ਪੂਰਾ ਵਲੌਗ ਨੂੰ ਫਟਾਫਟ ਯਾਰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਦਬਾ ਲਓ ਇਸ ਵਾਲੇ ਵਲੌਗ ਹੋਰ ਦੇਖਣ ਲਈ ਹੁਣ ਸਟਾਰਟ ਵੀ ਦੋ ਤਿੰਨ ਕਿੱਕਾਂ ਤੇ ਹੋ ਜਾਂਦਾ ਆਰਾਮ ਨਾਲ ਕਾ ਤੁਹਾਨੂੰ ਪਤਾ ਬਹੁਤ ਔਖਾ ਹੋ ਰਿਹਾ ਸੀ ਕਿੱਕਾਂ ਮਾਰ ਮਾਰ ਕੇ ਬੁੱਟਰ ਨੇ ਨਾ ਬੰਦ ਕਰਤਾ ਸੀ ਪੈਟਰੋਲ ਆਉਂਦੀ ਵਾਰੀ ਔਨ ਕਰ ਲੈਂਦਾ ਇਹ ਹੁਣ ਔਨ ਆ ਕੇ ਆਫ ਆ ਆਉਣਾ ਬ੍ਰੋ ਹੁਣ ਔਨ ਹੀ ਰੱਖੀ ਇਹਨੂੰ ਹੁਣ ਆਪਾਂ ਚੱਲੇ ਹਾਂ ਠੀਕ ਆ ਤੇ ਬਾਕੀ ਬਹੁਤ ਮਜ਼ਾ ਆ ਰਿਹਾ ਯਾਰ ਚਲਾਉਣ ਦਾ ਤੁਸੀਂ ਦੇਖਿਆ ਕੱਲ੍ਹ ਦੇ ਵਲੌਗ 'ਚ ਵੀ ਕਿਵੇਂ ਲੱਗ ਰਿਹਾ ਬੁੱਟਰ ਅਰੇ ਆਵਾਜ਼ ਪੂਰੀ ਘੈਂਟ ਹੈ ਇਹਦੀ ਬਾਕੀ ਚਲੋ ਬਹੁਤ ਸਵਾਦ ਆ ਰਿਹਾ ਬਾਕੀ ਤਾਂ ਅਸੀਂ ਪੂਰੇ ਪੈਸੇ ਦਿੱਤੇ ਨਹੀਂ ਹਜੇ ਮੁੱਕਰ ਗਏ ਕਿਹੜੇ ਪੈਸੇ ਸਾਡਾ ਯਾਰ ਦੋਸਤ ਆ ਉਹ ਉਹਨੂੰ ਪੂਰੇ ਪੈਸੇ ਨਹੀਂ ਦਿੱਤੇ ਹਜੇ ਥੋੜ੍ਹਾ ਹੀ ਦਿੱਤੇ ਆ ਜੇ ਤੂੰ ਸਾਡਾ ਵਲੌਗ ਦੇਖ ਰਿਹਾ ਜਿਹੜੀ ਤੁਹਾਨੂੰ ਸਾਈ ਦਿੱਤੀ ਆ ਵੀ ਬੰਦੇ ਘੇਰ ਕੇ ਫੜਾ ਲੈਣੀ ਉਹ ਵੀ ਸਾਨੂੰ ਪਾਰਟੀ ਦੇ ਜਦੋਂ ਬੁਲਟ ਲਿਆ ਤੇਰਾ ਬੁਲਟ ਵੀ ਗਿਆ ਮਸਾ ਸ਼ੁਕਰ ਕਰ ਤੇਰਾ ਬੁਲਟ ਲੈ ਗਿਆ ਹਣਾ ਉਹ ਕਹੇ ਪਾਰਟੀ ਦੇ ਤੇਰਾ ਬੁਲਟ ਵੀ ਗਿਆ ਠੀਕ ਹੈ ਬਾਕੀ ਰੋ ਮੈਨੂੰ ਮਜ਼ਾ ਆ ਗਿਆ ਲੈ ਕੇ ਹਣਾ ਦੇਖੋ ਇਹ ਲੈ ਹੁੰਦਾ ਸਵਾਦ ਓਏ ਅਜੇ ਆਪਾਂ ਇਹੋ ਜਿਹੇ ਕੰਮ ਨਹੀਂ ਕਰਨਗੇ ਸਾਊਂਡ ਇਫੈਕਟ ਲਾਇਆ ਸੀਗਾ ਜੀ ਤੁਸੀਂ ਇਹ ਐਡੀਟਿੰਗ ਵਿੱਚ ਕੀਤਾ ਸੀ हो गया ना बड़ा सौखे तरीके ना होता हिसाब आ गया हूं ਇਹਦਾ ਮਤਲਬ ਇਹਦੇ ਬਹਿ ਕੇ ਇਦਾਂ ਦੀ ਫੀਲਿੰਗ ਹੁੰਦੀ ਵੀ ਬਸ ਅਸੀਂ ਹੀ ਰਾਜੇ ਆ ਹਨਾ ਬਾਕੀ ਸਾਰੇ ਗਰੀਬ ਹੀ ਆ ਤੇ ਕਹਿਆ ਵੀ ਜਿਹੜਾ ਨਵਾਂ ਮਾਡਲ ਵੀ ਲੈ ਲੈਂਦੇ ਨਾ ਉਹਦੀ ਵੀ ਇੰਨੀ ਘੈਂਟ ਫੀਲਿੰਗ ਨਹੀਂ ਆਉਂਦੀ ਨਹੀਂ ਹੋਣੀ ਉਹ ਵੀ ਹੋਗੀ ਬਾਹ ਇੰਨੀ ਘੈਂਟ ਨਹੀਂ ਹੁੰਦੀ ਤਾਂ ਕਰਕੇ ਤਾਂ ਕਰਕੇ ਹੁਣ ਇੰਦੀ ਐ ਲੱਗਦਾ ਵੀ ਬਸ ਨਹੀਂ ਮੈਂ ਗਗਨ ਦੇ ਘਰ ਮੂਰੇ ਇਹ ਤਾਂ ਜਾਣ ਕੇ ਮੰਦ ਕਰ ਰਹੇ ਆ ਕਿ ਲੋਕਾਂ ਨੂੰ ਦਿਖਾ ਰਹੇ ਆ ਕਿ ਨਵਾਂ ਬੋਲਟ ਲਿਆਂਦਾ ਦੂਜੀ ਕਿੱਕ ਦੇ ਸਾਹ ਆਉਂਦਾ ਝੋਟਾ ਗਿਆ ਤੇ ਰਹੀ ਨਾ ਕਾਸ਼ ਹੁਣ ਆਪਾਂ ਸੋਹਣੇ ਲੱਗੇ ਹੁੰਦੇ ਆ ਲਿਆਂਦਾ ਪਿਛੂ ਨਵਾਂ ਹਾਂ ਹਾਂ ਬਸ ਸਹੀ ਹੈ ਸਹੀ ਹੈ ਜਾ ਚਾਹੀਦਾ ਵਾਟਰ ਕੂਲਰ ਨਾਲ ਰੱਖ ਅਸੀਂ ਆ ਚਾ ਹੋਰ ਕਿਵੇਂ ਹੋ ਠੀਕ ਹੋ ਨਹੀਂ ਡੱਗਦਾ ਮੇਰੇ ਹਜੇ ਪੂਰੇ ਪੈਸੇ ਵੀ ਨਹੀਂ ਦਿੱਤੇ ਓਏ ਗਲਾ ਘੜ ਦੂੰ ਪੁੱਠੇ ਗੇੜਾ ਮਤਲਬ ਚੱਲ ਮੈਨੂੰ ਬੁਲਾ ਏ ਹਾਰਨ ਮਾਰ ਦੇ ਆਪੇ ਅੱਜ 2,80,000 ਦਾ ਦੱਸਿਆ ਤਾਂ ਆਇਆ ਮੰਨਦਾ ਹੀ ਨਹੀਂ ਚਾਚਾ ਮੰਨਦਾ ਨਹੀਂ ਵੀ ਇੰਨਾ ਮਹਿੰਗਾ ਹੋ ਗਿਆ ਕਿੰਨਾ ਮਹਿੰਗਾ ਹੈ ਹੀ ਨਹੀਂ ਇਹ ਦੋ ਆ ਦੋ ਮਾਡਲ ਕੀ ਕਰਨਾ ਦੋ ਮਾਡਲ ਲੱਭਿਆ ਮੈਂ ਚਾਚਾ ਦੋ ਮਾਡਲ ਨਾ ਲੱਭਿਆ ਚਾਚਾ ਉਹ ਨਾ ਲੜੀ ਜਾਂਦਾ ਕੁੱਤੇ ਨਾਲ ਕਬੱਡੀ ਖੇਡੀ ਜਾਂਦਾ ਚਾਚਾ ਕੈਂਚੀ ਪਾਲੀ ਗਏ ਨਾ ਕੁੱਤੇ ਨੇ ਉਹਦੇ ਬੁਲਟ ਵਿੱਚ ਬਰੇ ਚਾਬੀ ਵੀ ਕੱਢੀ ਦਿੰਦੀ ਹੈ ਕੋਈ ਨਹੀਂ ਵਾਧੂ ਪੈਸਾ ਬੁੱਟਰ ਕੋਲੇ ਬੁੱਟਰ ਕੋਲੇ ਆਈ ਮੜਾ ਨੀਚੇ ਆਈ ਆਈ ਉੱਥੇ ਖੜਾ ਆਰਾਮ ਨਾਲ ਪੱਗ ਪੁੱਗ ਸਵਾਰਦਾ ਹੋਣਾ ਅਸੀਂ ਕਰੀਮ ਲਾ ਗਿਆ ਕਹਿੰਦੇ ਮੈਂ ਗੋਰਾ ਹੋ ਜਾਂਦਾ ਨਹੀਂ ਨਹੀਂ ਫੇਰ ਮਾਰਦੇ ਕਰੀਮ ਕਰੂ ਮੈਂ ਕੋਈ ਨਹੀਂ ਲਾਉਂਦਾ ਹੈਗਾ ਨੇਚਰ ਆਊਟ ਡਿਊਟੀ ਹੈ ਜਾਣਾ ਤੇ ਯਾਰ ਆਪਣਾ ਹਾਂ ਵਧੀਆ ਕਿੰਨਾ ਮਾਡਲ ਆਪਣਾ ਦੀ ਹੋਣਾ ਵਾ ਤੂੰ ਕਿਹੜਾ ਪਾਲ ਤੇਰੀ ਉਮਰ ਕਿੰਨੀ ਆ 16-17 ਹੋਣਾ ਮਾਡਲ ਤੂੰ ਕਿਹੜਾ ਪਾਲਦਾ ਈ ਪੁਰਾਣਾ ਹੋਵੇ ਉਹ ਡੋਗ ਡੋਗ ਆਵਾਜ਼ ਹੋਵੇ ਫੁੱਲ ਇਹਦੀ ਉਹਦੀ ਤੇਰੀ ਉਮਰ ਕਿੰਨੀ ਆ ਉਹ ਤਾਂ ਵੱਡਾ ਏ ਉਮਰ ਚ ਮੇਰੀ ਹੈਗੀ ਆ ਤੇ ਤੂੰ 2 ਸਾਲ ਵੱਡਾ ਤੇ ਤੂੰ 2 ਸਾਲ ਵੱਡਾ ਲਾ ਲਾ 18 ਸਾਲ ਆ ਤੇ ਤੂੰ 2 ਸਾਲ ਵੱਡਾ ਤੇਰਾ ਇੱਕ ਵੱਡਾ ਭਰਾ ਹੋਰ ਆ ਗਿਆ ਹੋਊਗਾ ਫਿਰ
ਚੱਲ ਕਰਕੇ ਦਿਖਾ ਫਿਰ ਦੇਖਣਾ ਬਾਈ ਬਾਈ ਜੇ ਇਹਨੂੰ ਪਸੰਦ ਆ ਗਿਆ ਫਿਰ ਆਪਾਂ ਹੀ ਲੈ ਲਾਂਗੇ ਨਹੀਂ ਤਾਂ ਰਹਿਣ ਦਾਂਗੇ ਚਾਬੀ ਹੁਣ ਕਰ ਲਾ ਕਰ ਲਈ ਮਾਰੋ ਜੀ ਸੈਲਫ ਹੁਣ ਸੈਲਫ ਸੈਲਫ ਨਹੀਂ ਹੁੰਦੀ ਉਹ ਮਤਲਬ ਸੈਲਫ ਕਿੱਕ ਕਿੱਲੀ ਤੇ ਧਿਆਨ ਦਿੱਤਾ ਇੱਕੋ ਤਾਂ ਉਹਦੇ ਆ ਕੇ ਸਾਹਮਣੇ ਲੱਗ ਦੋਗੇ ਮੈਨੂੰ ਹੁਣ ਕੀ ਪਤਾ ਲੱਗੂ ਚੱਲ ਚੱਲ ਆ ਇਹ ਦੋਸਤ ਦਾ ਮੇਰੇ ਯਾਰ ਮੇਰਾ ਨਹੀਂਗਾ ਇਹ ਆ ਨਾਲ ਆਣ ਦਿਆ ਕਰ ਹਾਂ ਹਾਂ ਆਣ ਦਿਆ ਕਰ ਹੱਥ ਨਾ ਮਰੋੜਿਆ ਕਰ ਜਾਵਾਂਗੀ ਰੇਸ ਨਹੀਂ ਦੇਣੀ ਕਹੀ ਨਾ ਤੈਨੂੰ ਬੰਦ ਹੋ ਜਾਂਦਾ ਰੇਸ ਨਾ ਦਈਏ ਇੱਕ ਪਹਿਲਾਂ ਨਾ ਦੇ ਜਿਹੜੇ ਮਤਲਬ ਨਹੀਂ ਲਾਦੇ ਉਹ ਬਾਹਰ ਅੱਛਾ ਕਰ ਹੋ ਜਾਣਾ ਉਹ ਯਾਦ ਤਾਂ ਪਊਗੀ ਹਾਂ ਹੋ ਜਾਣਾ ਤਾਂ ਪੈਂਟ ਜੀ ਪਾ ਕੇ ਬਹੁਤ ਹਾਲ ਹੁੰਦਾ ਮੇਰਾ ਯਾਰ ਗਰਮੀ ਦਾ ਇੰਨੀ ਆ ਕੱਢ ਲਾ ਹੁਣ ਕਰ ਮੈਂ ਕਹੂੰ ਉਹ ਹੋ ਗਿਆ ਉੱਪਰ ਨੂੰ ਉੱਪਰ ਨੂੰ ਆ ਤੂੰ ਕੋਸਾ ਹੌਲੀ ਹਿਸਾਬ ਆਊਗਾ ਤੂੰ ਨਾ ਦਿਆ ਕਰ ਜਿਹੜੀ ਤੂੰ ਰੇਸ ਦਿੰਦਾ ਨਾ ਬਹੁਤ ਗਲਤ ਦਿੰਦਾ ਸਿਰਫ ਇੱਕ ਹਰ ਇੱਕ ਮਾਰਨੇ ਦੇਖ ਜਿਵੇਂ ਆਹ ਵਾ ਨਾ ਮੈਂ ਇਹ ਆਹ ਵਾ ਨਾ ਇਹ ਆਹ ਚੱਕੋ ਇੱਕ ਹਰ ਚ ਗਿੱਟਾ ਨਿਕਲ ਜਾਣਾ ਕੀਤਾ ਤਾਂ ਹੋਇਆ ਬੰਦ ਕਦੀ ਦੱਸ ਲੈਂਦਾ ਕਿ ਨਹੀਂ ਦੇਣਾ ਵਾ ਜੇ ਪੈਣੇ ਆ ਇਹ ਪੈਸੇ ਦੱਸ ਲਈਏ ਕਿ ਨਾ ਇਹ ਵਾਲਾ ਹਾਂ ਵਾਹ ਇਹ ਤਾਂ ਪੂਰੀ ਸਿਰਫ ਨਾਲੇ 2002 ਮਾਡਲ ਹੋਰ ਕੀ ਚਾਹੀਦਾ ਆਪਾਂ ਨੂੰ ਕਮੈਂਟ ਕਰਕੇ ਦੱਸੋ ਯਾਰ ਕੀ ਹੁੰਦਾ ਉਹਨੇ ਦਿਮਾਗ 'ਚ ਜਿਹੜਾ ਸਾਫ ਕਰਨ ਵਾਲਾ ਉਹਨੂੰ ਕੀ ਕਹਿੰਦੇ ਹੁੰਦੇ ਆ ਜਾਜ ਜਾਂ ਨਹੀਂ ਆ ਰਿਹਾ ਸਾਨੂੰ ਉਹ ਯਾਰ ਬਾਜ ਵੀ ਬਹੁਤ ਘੈਂਟ ਆ ਮਾਡਲ ਵੀ ਆਪਾਂ ਨੂੰ ਇਹੀ ਜਿਹਾ ਚਾਹੀਦਾ ਸੀਗਾ 2002 ਬਹੁਤ ਵਧੀਆ ਮਾਡਲ ਆ ਡਨ ਕਰਤਾ ਡਨ ਲੈ ਲਿਆ ਬਸ ਮਾਡਲ ਦੱਸੋ ਯਾਰ ਮਾਡਲ ਲਈਏ ਕਿ ਨਾ ਲਈਏ ਲੈ ਲਓ ਬਾਈ ਫਿਰ ਵਧਾਈਆਂ ਗਾਈਜ਼ ਆਪਾਂ ਜਿਹੜਾ ਬੁਲਟ ਆ ਖਰੀਦ ਲਿਆ ਹੋਇਆ ਸਾਡੇ ਪਤਾ ਕਿ ਉਹ ਬਹੁਤ ਟਾਈਮ ਤੋਂ ਕਹਿੰਦੇ ਪਈ ਸੀ ਪਹਿਲਾਂ ਜਦੋਂ ਸਪਲੈਂਡਰ ਲੈਣਾ ਸੀ ਉਦੋਂ ਵੀ ਅਸੀਂ ਬੁਲਟ ਹੀ ਲੈਣਾ ਸੀਗਾ
ਉਹੀ ਥਾਂ ਤੇ ਅਸੀਂ ਫਿਰ ਸਪਲੈਂਡਰ ਲੈ ਲਿਆ ਇੱਕ ਚਲੋ ਅੱਗੇ ਜਾ ਕੇ ਮੋੜ ਦੇਖਾਂਗੇ ਹੁਣ ਉਹ ਹੁਣ ਅੱਗੇ ਜਾ ਕੇ ਹੁਣ ਆਇਆ ਅੱਗੇ ਉਹ ਹੁਣ ਅੱਗੇ ਆ ਹੀ ਗਿਆ ਫਾਈਨਲੀ ਚਲੋ ਬਾਈ ਸੈਟਾ ਹਨ ਇੱਕ ਤਾਂ ਉਹ ਕਹਿੰਦੇ ਲਖਰੀਦ ਵੀ ਲਿਆ ਯਾਰ ਮੈਂ ਉੱਤੇ ਬੈਠਾ ਹੀ ਆਰਾਮ ਨਾਲ ਓਏ ਇਮੋਸ਼ਨਲ ਹੋਈਦਾ ਹੁੰਦਾ ਓਏ ਅੰਨੀ ਦਿਆ ਹੋਈਦਾ ਹੁੰਦਾ ਫੇਰ ਹੀ ਵਿਊ ਆਉਂਦੇ ਆ ਕਿਉਂ ਨਹੀਂ ਸਮਝਦਾ ਤੂੰ ਰੋ ਤੂੰ ਜੱਫੀ ਯੂਫੀ ਪਾ ਓ ਜੱਫੀਆਂ ਮੈਨੂੰ ਪਾ ਅੰਜੂ ਅੰਜੂ ਸੱਟ ਦੇਖ ਇੱਕ ਟਾਈਮ ਸੀਗਾ ਮੇਰਾ ਤੇ ਹਰਸ਼ ਦਾ ਅਸੀਂ ਸਪਲੈਂਡਰਾਂ ਤੇ ਮੋਟਰਸਾਈਕਲ ਜਾਂਦੇ ਰਹੇ ਆ ਦੇਖ ਤੈਨੂੰ ਬੁਲਟ ਲਿਆ ਕੇ ਦਿੱਤਾ ਓਏ ਅੰਨੀ ਦਿਆ ਰੋ ਪਾ ਓਏ ਰੋ ਪਾ ਕਹਿ ਨਾਲਾ ਮਾਰਾ ਮੋਟਾ ਨਾਲੇ ਇਦਾਂ ਇਦਾਂ ਹਾਂ ਇਦਾਂ ਦੇ ਇਦਾਂ ਇਦਾਂ ਬਾ ਐਡੀਟਰ ਸਾਈਡ 뮤직 ਲਾ ਇੱਥੇ ਐਡੀਟਰ ਆ ਥੰਬਨੇ ਚਾ ਲਾ ਦੀ ਠੀਕ ਹੈ ਕਲਿੱਪ ਜੀ ਬ్రో ਸੱਚੀ ਲੈ ਲੈ ਤੂੰ ਮੰਨਦਾ ਕਾ ਧੋਣੀਗਾ ਕੀ ਹੋਇਆ ਰੋ ਪਿਆ ਓਏ ਇਮੋਸ਼ਨਲ ਹੋ ਗਿਆ ਇਹੀ ਤਾਂ ਜਹੂ ਚਾਹੁੰਦੇ ਸੀ ਜੀ ਚੱਪ ਯਾਰ ਫਿਰ ਕੀ ਹੋਇਆ ਦੇਖ ਲਾ ਏ ਕਿਹਦਾ ਲੱਗਾ ਮੇਰਾ ਮਜ਼ਾਕ ਜਾ ਇਹਨੀ ਕੋਈ ਵਾਲੀ ਗੱਲ ਆ ਤੇ ਮੈਂ ਰੋਂਗਾ ਇਹ ਸਕ੍ਰਿਪਟਡ ਸੀ ਯਾਰ ਕਿਵੇਂ ਲੱਗੀ 2 ਰੁਪਏ ਦੀ ਐਕਟਿੰਗ ਇਹ ਤਾਂ ਸੀ ਸਾਡੇ 50 ਰੁਪਏ ਵੀ ਕੱਟ ਸਕਦੇ ਜੀ ਸੀਰੀਅਸਲੀ ਮੈਨੂੰ ਨਾ ਇੱਕ ਰੋਣਾ ਜਾਂ ਅੰਦਰੋਂ ਆ ਰਿਹਾ ਉਹ ਖੁਸ਼ੀ ਵਾਲਾ ਰੋਣਾ ਜਿਹੜਾ ਹੁੰਦਾ ਹੁਣ ਤਾਂ ਕਰ ਲੈ ਹਲਕੀ ਕਿੱਕ ਮਾਰ ਮੈਂ ਜਮਾ ਪਿਆਰ ਨਾਲ ਪਿਆਰ ਨਾਲ ਪੱਪੀ ਲੈ ਲਾ ਦੀ ਕਿੱਕ ਦੀ ਇਥੋਂ ਕਿੱਕ ਦੀ ਪੱਪੀ ਲੈ ਲਾ ਪੱਪੀ ਲੈ ਕੇ ਮਾਰ ਦੂਜੀ ਕਿੱਕ ਦੇ ਸਟਾਰਟ ਓਏ ਓ ਛੱਡ ਚੱਲਿਆ ਹੁਣੀ ਅਰੇ ਬੈਠ ਪਿੱਛੇ ਤੇਰੇ ਪਿੱਛੇ ਬੈਠੀ ਏ ਔਖਾ ਯਾਰ ਰਮਣ ਕੰਮ ਨਹੀਂ ਕਰ ਸਕਦੇ ਯਾਰ ਤੇਰੇ ਪਿੱਛੇ ਬਹਿਣ ਵਾਲਾ ਕੰਮ ਨਹੀਂ ਕਰ ਸਕਦੇ ਸੌਰੀ ਯਾਰ ਕਿੰਨੀ ਕਿਹਦੀ ਆਵਾਜ਼ ਆ ਮੈਂ ਘਰ ਦੇ ਬਾਹਰ ਆਇਆ ਜਿੱਦੀ ਦੀ ਬੈਠੋ ਚੱਲੀਏ ਇਹ ਸਹੀ ਗੱਲ ਆ ਮੋਟਰ ਬਾਏ ਬਹੁਤ ਜ਼ਿਆਦਾ ਓਏ ਵਧਾਈ ਨਹੀਂ ਦਿੱਤੀ ਤੂੰ ਕੀ ਗੱਲ ਦੇਖੀ ਦੇਖੀ ਇਹ ਕਿਹੜੀ ਵਧਾਈ ਸੀ ਓਏ ਇਹ ਕਿਹੜੀ ਵਧਾਈ ਸੀ ਵਧਾਈ ਬੋਲੀ ਤੇ ਵਧਾਈ ਦੇ ਵੀਰੇ ਉਹਨੂੰ ਚੰਗੀ ਤਰ੍ਹਾਂ ਜੱਫੀ ਪਾ ਕੇ ਵਧਾਈ ਹੋਈ ਬੋਲੀ ਤੇ ਕਿੰਦਾ ਆਇਆ ਕਿਉਂ ਨਹੀਂ ਲੱਗ ਰਿਹਾ ਯਾਰ ਮੈਨੂੰ ਇਹ ਕੋਈ ਜਗ੍ਹਾ ਤਾਂ ਨਹੀਂ ਲੱਗ ਰਿਹਾ ਯਾਰ ਤੂੰ ਯਾਰ ਜੱਫੀ ਜੁਫੀ ਪਾ ਨੂੰ ਜਾ ਇਹ ਜਾ ਜਾ ਮੈਨੂੰ ਐਕਟਿੰਗ ਨਹੀਂ ਆਉਂਦੀ ਐਕਟਿੰਗ ਨਹੀਂ ਆਉਂਦੀ ਨੂੰ ਐਕਟਿੰਗ ਸਿਖਾਉਣਾ ਦੇਖ ਇੱਧਰ ਤੂੰ ਜਾ ਜੱਫੀ ਜੁਫੀ ਪਾ ਉਹਨੂੰ ਜੀ ਦੱਸੋ ਆਪਾਂ ਪੈਸੇ ਦੇਤੇ ਤੇ ਕਿ ਦੇਣੇ ਆ ਦੇਦੇ ਪੈਸੇ ਮਤਲਬ ਹੁਣੇ ਆਪਣਾ ਹੀ ਸਾਰੀ ਦਿਹਾੜੀ ਸਾਰੀ ਦਿਹਾੜੀ ਹਾਂ ਸਾਰੀ ਦਿਹਾੜੀ ਆਪਣਾ ਹੀ ਆ ਹਾਂ ਰੈਂਟ ਤੇ ਲੈ ਕੇ ਆਏ ਆ 1000 ਰੁਪਏ ਦੇ ਬਹੁਤ ਸੋਹਣਾ ਲੱਗਿਆ ਬਹੁਤ ਖੁਸ਼ੀ ਆ ਤੇ ਹਜੇ ਨਾ ਲਾਵਾਂਗੇ ਹਾਂ ਘਰਦਿਆਂ ਨੂੰ ਸਿਰਫ ਇਹ ਦੱਸਿਆ ਕਿ ਕਿਹੇ ਦਾ ਵਾ ਇਹ ਘਰਦਿਆਂ ਨੂੰ ਹਜੇ ਤੱਕ ਦੱਸਿਆ ਹੀ ਨਹੀਂ ਵੀ ਅਸੀਂ ਬੋਲਟ ਲੈ ਆਏ ਆ ਵੀ ਸਾਡਾ ਇਹ ਘਰਦਿਆਂ ਨੂੰ ਦੱਸਤਾ ਫਿਰ ਚੰਡਾ ਹੀ ਪੈਣ ਗਿਆ ਘਰਦਿਆਂ ਨੇ ਕਹਣਾ ਪੁੱਤ ਕੋਈ ਚੱਕਰ ਨਹੀਂ ਨਿਕਲ ਪਹਿਲੀ ਫਰਸਤ ਹੋਵੇ ਕੀ ਪਤਾ ਖੁਸ਼ ਵੀ ਹੋਣ ਮੰਮੀ ਨੂੰ ਯਾਰ ਪਸੰਦ ਨਹੀਂ ਗਾ ਬੋਲਟ ਦੀ ਬਾਹ ਹੀ ਨਹੀਂ ਪਸੰਦ ਮੰਮੀ ਨੂੰ ਮੰਮੀ ਦਾ ਸਿਰ ਦੁਖਣ ਲੱਗ ਗਿਆ ਤਾਂ ਕਰਕੇ ਮੰਮੀ ਨੂੰ ਪਸੰਦ ਨਹੀਂ ਡੈਡੀ ਨੂੰ ਪਸੰਦ ਆ ਉਹ ਤੁਹਾਨੂੰ ਪਤਾ ਪੈਸੇ ਕਿਉਂ ਲਾਈ ਜਾਂਦਾ ਜੀ ਉਹ ਕੈਟਾਗਰੀ ਚ ਆ ਜਾਂਦੇ ਨੇ ਚਲੋ ਹੈਗੀ ਆ ਮਿਹਨਤ ਬਟ ਫਿਰ ਵੀ ਜਿਹੜੀ ਘਰਦਿਆਂ ਦੀ ਮਿਹਨਤ ਤੁਹਾਨੂੰ ਪਤਾ ਆ ਨਾ ਤੁਹਾਨੂੰ ਯਾਰ ਕਦਰ ਪਤਾ ਹੁੰਦੀ ਉਹ ਤਾਂ ਕਹਿੰਦੇ ਆ ਚਲੋ ਇਹ ਗੱਲ ਮੈਨੂੰ ਵੀ ਸਮਝੀ ਚਾਹੀਦੀ ਕੱਲ ਮਿਲਦੇ ਆ ਤੇ ਘਰਦਿਆਂ ਨੂੰ ਵੀ ਚਲੋ ਦਿਖਾ ਦਾਂਗੇ ਹਾਂ ਕਹਦਾਂਗੇ ਵੀ ਲੈ ਲਿਆ ਇਹ ਕਹਿਣਾ ਹੀ ਪੈਣਾ ਕਹਿਣਾ ਹੀ ਪੈਣਾ ਹੋਰ ਕਾਹ ਤੋਂ ਖੜਾ ਹੋਣਾ ਕਹਿਣਾ ਚਲੋ ਮਿਲਦੇ ਆ ਅਗਲੇ ਵਲੌਗ ਵਿੱਚ ਟਿਲ ਦੈਨ ਪੀਸ ਆਊਟ